साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। पात्रा दे गुरु तेग बहादुर पब्लिक स्कूल च लग्या वैक्सीन कैंप। 18 तों 44 साल तक दे लोक वड्डी गिणती च पहुंचे वैक्सीन लगवाउण। लगियां लंबियां लंबियां लाइनां। पंजाब सरकार दे वल्लों कोरोना तों बचाव लई शुरू कीती वैक्सीन लगवाउण दी मुहिम नूं जारी रखदिआं 18 तों 44 साल तक उमर वालिआं नूं वैक्सीन लगवाउण दे लई SDM पात्रा दे दिशा निर्देश तहत SMO डॉक्टर राजेश कुमार दी अगवाई विच सिहत विभाग दी टीम दे वल्लों पात्रा दे गुरु तेग बहादुर पब्लिक स्कूल विच वैक्सीन कैंप लाया गया, जिस विच 18 तों 44 साल तक दी उमर तक दी वैक्सीन लाई गई। इस कैंप दे विच वड्डी गिणती विच लोकां ने शमूलियत कीती जो लंबियां लंबियां लाइनां विच खड़ के अपनी वारी दा इंतजार कर रहे सन। स्कूल चेयरमैन सुखजीत सिंह हैप्पी कालिका और गुरबचन सिंह मान की देखरेख में स्कूल में लाए गए कैंप में COVID-19 दीयां हदायतों नूं ध्यान में रखदिआं सारे प्रबंध किए गए सन। इस कैंप दौरान वैक्सीन लगवाउण वालिआं नूं सर्टिफिकेट भी दिए गए। गुरबचन सिंह मान ने लोगों अपील की कि वह सरकार दीयां जारी हदायतों की पालना करन अते वैक्सीन जरूर लगवाउण। नगर कौंसल के सुपरडेंट राम सिंह ने दस्सिया कि SDM पात्रा के हुक्मां तहत 2 कैंप लाए गए हैं। कैंप के वैक्सीन लगवाउण के लिए लोगों में भारी उत्साह ਅਤੇ ਲੋਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਵੈਕਸੀਨ ਲਗਵਾਉਣ ਦੇ ਲਈ ਪਹੁੰਚੀ ਇੱਕ ਲੜਕੀ ਨੇ ਦੱਸਿਆ ਕਿ ਉਹ ਵੈਕਸੀਨ ਲਗਵਾਉਣ ਦੇ ਲਈ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਅੱਜ 18 ਤੋਂ 44 ਸਾਲ ਤੱਕ ਵੈਕਸੀਨ ਸ਼ੁਰੂ ਹੋਣ ਤੇ ਵੈਕਸੀਨ ਲਗਵਾਈ ਹੈ। ਇਹ ਵੈਕਸੀਨ ਵਾਸਤੇ ਲੱਗ ਰਿਹਾ ਹੈ ਜੀ, ਜਿਹੜੀ ਕਿ ਆਪਣੇ ਗਵਰਨਮੈਂਟ ਦੀਆਂ ਹਦਾਇਤਾਂ ਮੁਤਾਬਕ 18 ਸਾਲ ਤੋਂ ਲੈ ਕੇ 44 ਸਾਲ ਤੱਕ ਦੇ ਜਿੰਨੇ ਵੀ ਲੇਡੀ ਜਾਂ ਬੱਚੇ ਨੌਜਵਾਨ ਉਹ ਨੇ ਬੱਚੇ ਨੇ ਬੱਚੀਆਂ ਨੇ ਉਹਨਾਂ ਨੂੰ ਕੈਂਪ ਲੱਗ ਰਿਹਾ ਅਤੇ ਬਹੁਤ ਵਧੀਆ ਲੋਕਾਂ ਦਾ ਉਹ ਹੈ ਨਾਲ ਸਾਡੇ ਸਾਰੇ ਰਲ ਮਿਲ ਕੇ ਅਸੀਂ ਪੂਰੀ ਉਸ ਨਾਲ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਾਨੂੰ ਸਫਲ ਹੋਣਾ ਚਾਹੀਏ। ਵੱਧ ਤੋਂ ਵੱਧ ਡੋਜ਼ਾਂ ਨੇ ਜਿਹੜੀਆਂ ਵੈਕਸੀਨ ਦੀਆਂ ਲੱਗਣ ਤਾਂ ਜੋ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਰਾਹਤ ਚਾਹੋ। ਇਹ ਘੱਟੋ ਘੱਟ 200-300 ਲੇਡੀ ਅਤੇ ਜੈਂਟਸ ਖੜ੍ਹੇ ਨੇ ਜਿਹੜੇ ਆਪਦੀ ਵਾਰੀ ਮੁਤਾਬਕ ਵੈਕਸੀਨ ਲਵਾਉਣਗੇ। ਸਾਡੇ ਹਰ ਤਰ੍ਹਾਂ ਦਾ ਉਹਨਾਂ ਦੇ ਬੈਠਣ ਦਾ ਚਾਹ ਪਾਣੀ ਦਾ ਜੋ ਵੀ ਆ ਰਹੇ ਨੇ ਅਤੇ ਸਟਾਫ ਨੂੰ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਅਸੀਂ ਸਕੂਲ ਵੱਲੋਂ ਅਤੇ ਗੁਰਦੁਆਰਾ ਸਾਹਿਬ ਵੱਲੋਂ ਕਰ ਸਾਡੀ ਅਪੀਲ ਆ ਵੀ ਵੱਧ ਚੜ੍ਹ ਕੇ ਇਸ ਮਹਾਂਮਾਰੀ ਤੋਂ ਬਚਣ ਲਈ ਗੌਰਮੈਂਟ ਦੀ ਨੂੰ ਸਹਿਯੋਗ ਦੇਣ ਅਤੇ ਵੈਕਸੀਨ ਲਵਾਉਣ ਵੱਧ ਤੋਂ ਵੱਧ ਤਾਂ ਜੋ ਇਸ ਬਿਮਾਰੀ ਤੋਂ ਛੁਟਕਾਰਾ ਹੋ ਸਕੇ। ਅੱਜ 2 ਕੈਂਪ ਔਰਗਨਾਈਜ਼ ਕੀਤੇ ਗਏ ਨੇ SDM ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ। ਰਾਧਾ ਸਵਾਮੀ ਸਤਸੰਗ ਭਵਨ ਬਿਆਸ ਵਾਲਿਆਂ ਦੇ, ਦੂਜਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿੱਚ ਹੈਗਾ ਜੀ। ਦੋਨੇ ਥਾਵਾਂ ਦੇ ਉੱਤੇ ਬਹੁਤ ਵਧੀਆ ਪ੍ਰਬੰਧ ਕੀਤੇ ਉਹਨੇ ਸਮਾਜਿਕ ਸੰਸਥਾਵਾਂ ਨੇ, ਦੋਨੇ ਸਮਾਜਿਕ ਸੰਸਥਾਵਾਂ ਬਹੁਤ ਵਧੀਆ ਪ੍ਰਬੰਧ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਵੈਕਸੀਨੇਸ਼ਨ ਹੋ ਰਹੀ ਹੈ ਉਹਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਮੋਟੀਵੇਟ ਵੀ ਕਰ ਰਹੇ ਨੇ ਔਰ ਰੂੜੀ ਦੇ ਪ੍ਰਬੰਧ ਵੀ ਇਹਨਾਂ ਨੇ ਕੀਤੇ ਹੋਏ ਨੇ, ਚਾਹ ਪਾਣੀ ਦਾ ਪ੍ਰਬੰਧ ਕੀਤਾ, ਮਰੀਜ਼ਾਂ ਦੇ ਬੈਠਣ ਵਾਸਤੇ ਪ੍ਰਬੰਧ ਕੀਤਾ ਹੋਇਆ ਜਿਨ੍ਹਾਂ ਨੇ, ਬਹੁਤ ਜ਼ਿਆਦਾ ਜੀ। ਹੁਣ ਤਾਂ ਉਤਸ਼ਾਹ ਤਾਂ ਇਹ ਸਮਝ ਲਓ ਕਿ ਵੀ ਲੋਕਾਂ ਨੂੰ ਬਹੁਤ ਦੇਰ ਵੇਟ ਕਰਨੀ ਪੈ ਰਹੀ ਹੈ ਕਿ ਇਹਦੇ ਵਾਸਤੇ ਆਪਣੀ ਵਾਰੀ ਦੀ ਉਡੀਕ ਕਰਨ ਵਾਸਤੇ ਅਤੇ ਫਟਾਫਟ ਰਜਿਸਟ੍ਰੇਸ਼ਨ ਹੋ ਰਹੀ ਹੈ ਅਤੇ ਟੀਕੇ ਲੱਗੇ ਜਾ ਰਹੇ ਨੇ ਜੀ। ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਗਲਤ ਅਫਵਾਹ ਫੈਲਾਉਂਦੇ ਨੇ ਉਹਨਾਂ ਦੀ ਕੋਈ ਗੱਲ ਨਾ ਸੁਣੋ, ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ, ਆਪਣੇ ਮਾਸਕ ਪਾ ਕੇ ਰੱਖੋ ਅਤੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਾਓ। ਹੁਣ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੈਲਥ ਵਿਭਾਗ ਵੱਲੋਂ ਜਿਵੇਂ ਅੱਜ ਜਿਹੜੀ ਵੈਕਸੀਨੇਸ਼ਨ ਹੋ ਰਹੀ ਹੈ ਇਹ ਕੇਵਲ 18 ਤੋਂ 44 ਸਾਲ ਵਾਲਿਆਂ ਨੂੰ ਹੀ ਵੈਕਸੀਨ ਦਿੱਤੀ ਜਾ ਰਹੀ ਹੈ ਅਤੇ ਉਹਦੇ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪਹਿਲਾਂ ਆਉਣ ਸਾਰੇ ਪਤਾ ਕੀਤਾ ਜਾਵੇ, ਜਾਂ ਅਸੀਂ ਮਨੈਦੀ ਰਾਹੀਂ ਵੀ ਦੱਸ ਰਹੇ ਹਾਂ ਕਿ ਜਿਹੜੇ ਗਰੁੱਪ ਨੂੰ ਵੈਕਸੀਨ ਲੱਗ ਰਹੀ ਹੈ ਉਹ ਹੀ ਲੋਕ ਇਹਦੀ ਵੇਟ ਕਰਨ, ਅਦਰਵਾਈਜ਼ ਬਾਕੀ ਦੇ ਜਿਹੜੇ 44 ਸਾਲ ਤੋਂ ਉੱਤੇ ਵਾਲੇ ਨੇ, ਹੁਣ 45 ਸਾਲ ਤੋਂ ਉੱਤੇ ਵਾਲੇ, ਉਹਨਾਂ ਨੂੰ ਵੇਟ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਵੈਕਸੀਨੇਸ਼ਨ ਹੀ 18 ਤੋਂ 44 ਵਾਲਿਆਂ ਦੀ ਕੀਤੀ ਜਾ ਰਹੀ ਹੈ ਅਤੇ ਲੋਕਾਂ 'ਚ ਉਤਸ਼ਾਹ ਬਹੁਤ ਜ਼ਿਆਦਾ ਹੈ ਜੀ। ਸੁੱਚੀ, ਅੱਜ ਇੱਥੇ ਵੈਕਸੀਨੇਸ਼ਨ ਕਰਵਾਉਣ ਆਏ ਸੀ, ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਅਤੇ 44 ਉਮਰ ਤੋਂ ਉੱਪਰ ਹੀ ਲੱਗ ਰਿਹਾ ਸੀ ਪਹਿਲਾਂ, ਹੁਣ ਉਸ ਤੋਂ ਅੱਜ 18 ਤੇ 44 ਸਾਲ ਦੇ ਵਿੱਚ ਲੱਗਣਾ ਸ਼ੁਰੂ ਹੋਇਆ ਤਾਂ ਬਹੁਤ ਅੱਛਾ ਲੱਗ ਰਿਹਾ। ਵੈਕਸੀਨੇਸ਼ਨ ਲੱਗ ਗਈ, ਕਾਫੀ ਆ ਰਹੇ ਨੇ, ਕੋਈ ਵੀ ਦਿੱਕਤ ਨਹੀਂ। ਇਸ ਦੇ ਨਾਲ ਸਿਕਿਉਰਿਟੀ ਰਹੇਗੀ, ਮਤਲਬ ਆਪਾਂ ਨੂੰ ਪ੍ਰੋਟੈਕਸ਼ਨ ਕੋਵਿਡ ਤੋਂ ਸਭ ਨੂੰ ਲਗਵਾਉਣਾ ਚਾਹੀਦਾ। ਇਹ ਸਭ ਅਫਵਾਹਾਂ ਨੇ, ਮਤਲਬ ਗਵਰਨਮੈਂਟ ਨੇ ਇਹ ਵੈਕਸੀਨ ਰਿਲੀਜ਼ ਕੀਤੀ ਹੈ ਸੋਸਾਇਟੀ ਦੇ ਵਿੱਚ ਤਾਂ ਇਹ ਤਾਂ ਹੀ ਕੀਤੀ ਹੈ ਕਿਉਂਕਿ ਇਸ ਦਾ ਫਾਇਦਾ ਹੀ ਹੈ ਆਪਾਂ ਨੂੰ ਕਿ ਸਭ ਨੂੰ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ, ਹੁਣੀ ਮਤਲਬ ਜਲਦੀ ਤੋਂ ਜਲਦੀ ਲਗਵਾ ਲੈਣੀ ਚਾਹੀਦੀ ਹੈ। ਸਾਨੂੰ ਬਿਲਕੁਲ ਫੋਲੋ ਕਰਨਾ ਚਾਹੀਦਾ, ਮਾਸਕ ਤਾਂ ਬਿਲਕੁਲ ਲਗਾਉਣਾ ਚਾਹੀਦਾ ਔਰ ਸਭ ਪ੍ਰੀਕੋਸ਼ਨਸ ਰੱਖਣੀਆਂ ਚਾਹੀਦੀਆਂ ਨੇ ਅਤੇ ਘਰ ਜਾ ਕੇ ਸਾਨੂੰ ਮਤਲਬ ਪੂਰਾ ਆਪਣਾ ਜਦੋਂ ਬਾਹਰੋਂ ਜਾਂਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਸੈਨੇਟਾਈਜ਼ ਕਰਨਾ ਚਾਹੀਦਾ ਔਰ ਮਾਸਕ ਬਾਰ ਬਾਰ ਚੇਂਜ ਕਰਨਾ ਚਾਹੀਦਾ, ਸੇਮ ਮਾਸਕ ਨੂੰ ਬਾਰ ਬਾਰ ਨਹੀਂ ਵਰਤਣਾ ਚਾਹੀਦਾ। ਜੋ ਵੀ ਸਾਨੂੰ ਹੈਲਦੀ ਫੂਡ ਬੋਲਿਆ ਜਾਂਦਾ ਖਾਣ ਲਈ, ਆਪਣੀ ਇਮਿਊਨਿਟੀ ਵਧਾਉਣ ਲਈ, ਉਹ ਸਭ ਖਾਣਾ ਚਾਹੀਦਾ।
पात्रा तो सतपाल गर्ग की रिपोर्ट।